ਉਹ ਵਾਹ ਜੀ ਵਾਹ ਤੁਹਾਨੂੰ ਇੱਕ ਬ੍ਰੈਂਪਟਨ ਦੇ ਵਿੱਚ ਨਵੀਂ ਚੀਜ਼ ਵਿਖਾਉਂਦੇ ਆ ਕਿ ਬਾਈਆਂ ਨੇ ਬਾਹਰ ਹੀ ਕੰਮ ਚੱਕਦਾ ਕਟਿੰਗ ਦਾ ਆਹ ਦੇਖੋ ਪੂਰਾ ਪੰਜਾਬ ਵਾਲਾ ਮਾਹੌਲ ਬਣਾਇਆ ਪਿਆ ਇਹਨਾਂ ਨੇ ਇਹ ਆ ਬਾਈ ਕੱਟ ਬਾਏ ਜੱਟ ਵਾਲੇ ਦੋਸਤੋ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ ਉੱਥੇ ਹੀ ਇੱਕ ਮੁੰਡਾ ਜਦੋਂ ਪੰਜਾਬ ਤੋਂ ਕਟਿੰਗ ਦਾ ਕੰਮ ਸਿੱਖ ਕੇ ਬ੍ਰੈਂਪਟਨ ਕੈਨੇਡਾ ਦੇ ਵਿੱਚ ਜਾਂਦਾ ਹੈ ਉੱਥੇ ਉਹ ਰੋਡ ਦੇ ਉੱਪਰ ਆਪਣੀ ਦੁਕਾਨ ਖੋਲ੍ਹ ਲੈਂਦਾ ਹੈ ਅਤੇ ਜਿਸ ਤੋਂ ਬਾਅਦ ਕਿ ਇਸ ਮੁੰਡੇ ਨੂੰ ਕਾਫ਼ੀ ਜ਼ਿਆਦਾ ਸਰਾਇਆ ਜਾ ਰਿਹਾ ਹੈ ਕਿ ਜੇਕਰ ਤੁਹਾਨੂੰ ਵੀ ਕੋਈ ਵੀ ਸਕਿੱਲ ਆਉਂਦੀ ਹੈ ਤਾਂ ਕੈਨੇਡਾ ਦੇ ਵਿੱਚ ਕੰਮ ਬਹੁਤ ਹੈ ਅਤੇ ਬਥੇਰੇ ਲੋਕ ਕਹਿ ਰਹੇ ਹਨ ਕਿ ਇੱਥੇ ਕੋਈ ਵੀ ਕੰਮ ਨਹੀਂ ਹੈ ਨਾ ਆਓ ਅਤੇ ਉੱਥੇ ਇਸ ਮੁੰਡੇ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਜੇਕਰ ਤੁਹਾਨੂੰ ਕੋਈ ਸਕਿੱਲ ਆਉਂਦੀ ਹੈ ਜਾਂ ਫਿਰ ਤੁਹਾਡੇ ਅੰਦਰ ਜਜ਼ਬਾ ਕੁਛ ਕਰਨ ਦਾ ਤਾਂ ਤੁਸੀਂ ਉਹ ਵੀ ਕਰ ਸਕਦੇ ਬਾਕੀ ਤੁਹਾਨੂੰ ਲੈ ਚੱਲਦੇ ਹਾਂ ਇਸ ਪੂਰੀ ਵੀਡੀਓ ਦੇ ਵੱਲ ਇਸ ਮੁੰਡੇ ਨੇ ਹੋਰ ਕੀ ਕਿਹਾ ਹੈ ਠੀਕ ਆ ਅਤੇ ਬਾਈਆਂ ਨਾਲ ਕਰਦੇ ਹਾਂ ਗੱਲਬਾਤ ਪੁੱਛਦੇ ਹਾਂ ਨਾਲੇ ਵੀ ਕਿੰਨਾ ਇਹ ਵਜੇ ਤੋਂ ਕਿੰਨੇ ਵਜੇ ਤੱਕ ਓਪਨ ਹੁੰਦੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਕਿੰਨੇ ਵਜੇ ਓਪਨ ਹੁੰਦੇ ਆ ਆਪਾਂ ਅੱਛਾ ਜੀ ਤੇ ਆਪਾਂ ਫਿਰ ਆਊਟਡੋਰ ਇਨਡੋਰ ਦੋਨੋਂ ਦਾ ਹੀ ਹਾਂਜੀ ਹਾਂਜੀ ਬਾਈ ਆਪਾਂ ਵੀ ਹੁਣੇ ਹੁਣੇ ਵਾਲ ਵੀ ਸਟੇਟ ਕਰਾ ਕੇ ਆਏ ਆ ਹਾਂਜੀ ਤੇ ਬਾਈ ਵਾਲ ਵੀ ਬਾਈਆਂ ਨੇ ਆਊਟਡੋਰ ਹੀ ਆਪਣੇ ਕੀਤੇ ਸਟੇਟ ਓ ਵਾਹ ਜੀ ਵਾਹ ਠੀਕ ਆ ਬਾਈ ਤੇ ਚਲੋ ਬਾਈ ਆਪਣਾ ਕੀ ਆ ਨਾਂ ਕੀ ਹੈਗਾ ਸਲੂਨ ਦਾ ਜੀ ਬਾਈ ਕੱਟ ਬਾਈ ਜੱਟ मेहनत कर इस मुंडे प्रति की विचार ने अपने विचार कमेंट जरूर रखो इस वीडियो वध तों वध शेयर कर दिओ अपने वट्सएप ग्रुपां दे विच जुड़े रहो इदां दे होर वीडियो देखने साडे चैनल दे नाल दिओ इजाजत रब रखा।